ਅਕਸਰ ਸੋਸ਼ਲ ਮੀਡੀਆ ਤੇ ਖਬਰਾਂ ਆਉਂਦੀਆਂ ਨੇ ਕਿ ਵੋਟਾਂ ਵੇਲੇ ਸਾਰੇ ਆ ਜਾਂਦੇ ਆ, ਅੱਜ ਗਰੀਬ ਨੂੰ ਜ਼ਰੂਰਤ ਹੈ ਤੇ ਕੋਈ ਕਿਤੇ ਨਹੀਂ ਵੋਟਦਾ, ਤੇ ਅੱਜ ਇਸ ਤੋਂ ਵਾਰਡ ਨੰਬਰ 5 ਦਾ ਪਤਾ ਲੱਗਾ ਕਿ ਸਰਦਾਰ ਨਾਨਕ ਸਿੰਘ ਪ੍ਰਧਾਨ ਨੇ ਆਪਣੀ ਵਾਰਡ ਦੇ ਵਿੱਚ ਇੱਕ ਲੰਗਰ ਲਾਇਆ ਜੋ 12 ਵਜੇ ਸ਼ੁਰੂ ਹੁੰਦਾ ਤੇ 4 ਵਜੇ ਸਮਾਪਤ ਹੁੰਦਾ, ਤੇ ਸਰਦਾਰ ਨਾਨਕ ਸਿੰਘ ਪ੍ਰਧਾਨ ਵੱਲੋਂ ਸਾਰੀ ਮਾਨਵ ਜਾਤੀ ਨੂੰ ਸੁਨੇਹਾ ਦਿੱਤਾ ਗਿਆ ਕਿ ਵਾਰਡ ਨੰਬਰ 5 ਦੇ ਵਿੱਚ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ, ਭਾਵੇਂ ਕੋਈ ਅਕਾਲੀ ਆ ਜਾਂ ਕਾਂਗਰਸੀ ਆ ਜਾਂ ਆਮ ਆਦਮੀ ਜਾਂ ਕਿਸੇ ਹੋਰ ਪਾਰਟੀ ਵਰਗ ਨਾਲ ਹੈ, ਵੋਟਾਂ ਮੈਨੂੰ ਪਾਉਂਦਾ ਜਾਂ ਨਹੀਂ ਪਾਉਂਦਾ, ਪਰ ਦੁੱਖ ਦੀ ਘੜੀ ਵਿੱਚ ਮੈਂ ਆਪਣੀ ਵਾਰਡ ਦੇ ਸਾਰੇ ਲੋਕਾਂ ਦੇ ਨਾਲ ਹਾਂ, ਤੇ ਉਹਨਾਂ ਨੇ ਲੰਗਰ ਸ਼ੁਰੂ ਕੀਤਾ ਹੈ ਬਿਨਾਂ ਕਿਸੇ ਭੇਦਭਾਵ ਤੇ ਬਿਨਾਂ ਕਿਸੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਲਈ ਗੁਰੂ ਦਾ ਸਾਂਝਾ ਲੰਗਰ ਲਗਾਇਆ ਗਿਆ ਹੈ। ਮੈਂ ਨਾਨਕ ਸਿੰਘ ਐਕਸ ਪ੍ਰਧਾਨ ਨਗਰ ਕੌਂਸਲ ਮਜੀਠਾ, ਮੌਜੂਦਾ ਕੌਂਸਲ ਮਜੀਠਾ, ਬਾਬਾ ਜੀ ਦੀ ਕਿਰਪਾ ਦੇ ਨਾਲ 28 ਤਰੀਕ ਤੋਂ ਵਾਰਡ ਨੰਬਰ 5 ਦੇ ਵਿੱਚ ਗਰੀਬ ਦਿਹਾੜੀਦਾਰ ਮਜ਼ਦੂਰਾਂ ਵਾਸਤੇ ਲੰਗਰ ਚਾਲੂ ਆ। 12 ਵਜੇ ਲੰਗਰ ਚਾਲੂ ਕਰਕੇ ਅਤੇ 4 ਵਜੇ ਤੱਕ ਲੰਗਰ ਜਿਹੜਾ ਜਾਰੀ ਰਹਿੰਦਾ। ਦੁਪਹਿਰ ਦਾ ਖਾਣਾ, ਸ਼ਾਮਾਂ ਦਾ ਖਾਣਾ, ਉਹ ਇਕੱਲਾ ਇਕੱਲਾ ਪਰਿਵਾਰ ਜਿਹੜੇ ਆ ਮੁਖੀ ਜਿਹੜੇ ਆਉਂਦੇ ਆ ਘਰਾਂ ਦੇ, ਅਤੇ ਉਹ ਦੋ ਦੋ ਟਾਈਮ ਦਾ ਜਿਹੜਾ ਖਾਣਾ ਪਵਾ ਕੇ ਅਤੇ ਆਪ ਆਪਣੇ ਘਰ ਜਾਈ ਜਾਂਦੇ ਆ। ਇੱਕ ਵੀ ਜੀਅ ਜਿਹੜਾ ਇਕੱਠਾ ਨਹੀਂ ਹੋਣ ਦੀਦਾ, ਹਰ ਜੀਅ ਨੂੰ ਇਹ ਕਹੀਦਾ ਵੀ 2-3 ਗਜ ਦੀ ਵਿੱਤ ਨਾ ਰਹੋ, ਆਪਣਾ ਮਾਣ ਜਿਹੜਾ ਆਪਣਾ ਲੰਗਰ ਜਿਹੜਾ ਉਹ ਖੁੱਲ੍ਹਾ, ਬਾਬਾ ਜੀ ਦਾ ਭੰਡਾਰਾ ਉੱਥੇ ਕੋਈ ਘਾਟ ਨਹੀਂ। ਬਾਬਾ ਜੀ ਨੇ ਸਾਨੂੰ ਵੀ ਬਹੁਤ ਕੁਝ ਦਿੱਤਾ, ਗੁਰੂ ਦੀ ਕਿਰਪਾ, ਅਤੇ ਇਸ ਕਰਕੇ ਹੀ ਮੈਂ ਇੰਨਾ ਗਰੀਬ ਵਾਰਡ ਆ ਅਤੇ ਇਹਨਾਂ ਦਾ ਕੌਂਸਲਰ ਹਾਂ, ਅਤੇ ਮੇਰੇ ਮਨ ਮੇਰਾ ਚਾਹੁੰਦਾ ਵੀ ਮੈਂ ਇਹਨਾਂ ਦੀ ਕੋਈ ਸੇਵਾ ਕਰਾਂ ਅਤੇ ਆਪਣੀ ਕਮਾਈ ਦੇ ਵਿੱਚੋਂ ਇਹਨਾਂ ਦੀ ਸੇਵਾ ਜਿਹੜਾ ਵੱਧ ਤੋਂ ਵੱਧ ਜਿੰਨੇ ਦਿਨ ਮੇਰੇ ਕੋਲ ਫੁਰਸਤ ਰਹੀ ਮੈਂ ਕੋਸ਼ਿਸ਼ ਕਰਦੀ ਹਾਂ ਵੀ ਉਨੇ ਦਿਨ ਮੈਂ ਲੰਗਰ ਜਿਹੜਾ ਚਲਾਈ ਰੱਖਾਂ। ਇਹ ਜਿਹੜਾ ਲੰਗਰ ਚੱਲ ਰਿਹਾ ਜੀ, ਇਹ ਕੋਈ ਇਹ ਨਾ ਸੋਚੇ ਵੀ ਇਹ ਸਿਰਫ ਵੋਟਾਂ ਵਾਸਤੇ ਲੰਗਰ ਆ, ਇਹ ਲੰਗਰ ਜਿਹੜਾ ਸਾਡੇ ਮੁਲਕ ਦੇ ਵਿੱਚ, ਦੇਸ਼ ਦੇ ਵਿੱਚ, ਵਰਲਡ ਦੇ ਵਿੱਚ ਇਹ ਕੁਦਰਤੀ ਆਫਤ ਆਈ ਆ, ਇਹ ਉਹਦੇ ਵਿੱਚ ਸਾਨੂੰ ਹਰ ਇੱਕ ਨੂੰ ਦਾ ਫਰਜ਼ ਬਣਦਾ ਵੀ ਹਰ ਇੱਕ ਜਿਹੜਾ ਵੀ ਰੋਟੀ ਖਾਂਦਾ ਬੰਦਾ, ਰੋਟੀ ਪਾਣੀ ਮਹਾਰਾਜ ਦਾ ਜਦੋਂ ਜਦੋਂ ਕੋ ਦਿੱਤਾ, ਉਹਨੂੰ ਚਾਹੀਦਾ ਵੀ ਗਰੀਬ ਗੁਰਬਿਆਂ ਵਾਸਤੇ ਜਿਹੜੇ ਦਿਹਾੜੀਦਾਰ ਆ, ਅੱਜ ਫਿਰ ਕਲਫੂ ਜਿਹੜਾ 14 ਤਰੀਕ ਤੱਕ ਵੱਧ ਗਿਆ ਅਤੇ ਬਹੁਤ ਹੀ ਮੁਸ਼ਕਿਲ ਇਹਨਾਂ ਲੋਕਾਂ ਦਾ ਗੁਜ਼ਾਰਾ ਹੋਣ ਡਿਆ, ਅਤੇ ਵੱਧ ਤੋਂ ਵੱਧ ਜਿਹੜਾ ਲੰਗਰ ਜਿਹੜਾ ਲਾਇਆ ਜਾਵੇ। ਇਹ ਕੋਈ ਵੀ ਵਿਤਕਰਾ ਨਹੀਂ, ਇਹਦੇ 'ਚ ਕੋਈ ਕਾਂਗਰਸੀ ਹੋਵੇ, ਕੋਈ ਅਕਾਲੀ ਹੋਵੇ, ਸਮੁੱਚੇ ਵਰਗ ਵਾਸਤੇ, ਸਮੁੱਚੇ ਗਰੀਬ ਵਰਗ ਵਾਸਤੇ, ਚਲੋ ਜਿਹੜਾ ਵੀ ਲੰਗਰ ਲੈਣ ਆ ਜਾਂਦਾ, ਚਾਹੇ ਉਹ ਗਰੀਬ ਆ ਚਾਹੇ ਉਹ ਚੰਗਾ ਵੀ ਆ, ਕਿਸੇ ਨੂੰ ਉੱਥੇ ਨਾ ਨਹੀਂ ਜੀ, ਹਰ ਇੱਕ ਦੇ ਵਾਸਤੇ ਭੰਡਾਰਾ ਖੁੱਲ੍ਹਾ ਆ।